ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ। ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਣਾਵਾਂਗੇ ਜੀ ਔਰੇਂਜ ਕੈਂਡੀ ਤੋਂ ਮੋਹੀਤੋ। ਇਹ ਔਰੇਂਜ ਕੈਂਡੀ ਹੈ ਅਤੇ ਆਪਣੀ ਇਹ ਮੈਂਗੋ ਕੱਚਾ ਅੰਬ, ਇਹ ਦੋਨਾਂ ਦੇ ਆਪਾਂ ਬਣਾਵਾਂਗੇ ਜੀ ਮੋਹੀਤੋ। ਚਲੋ ਸਟਾਰਟ ਕਰੀਏ। ਪਹਿਲਾਂ ਇਹਨਾਂ ਨੂੰ ਨਾ ਆਪਾਂ ਪਾਊਡਰ ਫੋਰਮ 'ਚ ਬਣਾ ਲੈਂਦੇ ਹਾਂ। ਇਹ ਦੇਖੋ ਜੀ, ਆਪਣੀ ਪਾਊਡਰ ਫੋਰਮ 'ਚ ਬਣਾ ਲਿਆ ਆਪਾਂ ਨੇ, ਕੈਂਡੀ ਦਾ ਪਾਊਡਰ ਬਣ ਗਿਆ। ਅਤੇ ਹੁਣ ਆਪਾਂ ਨਾ ਇਹ ਨਿੰਬੂ ਹੈ ਗਲਾਸ ਜਿਹੜਾ ਇੱਦਾਂ ਇਹਦੇ ਲਾ ਲਾਂਗੇ। ਅਤੇ ਹੁਣ ਗਲਾਸ ਨੂੰ ਥੋੜ੍ਹਾ ਜਿਹਾ ਇਹਦੇ ਨਾਲ, ਇਹ ਦੇਖੋ ਤੇ ਹੁਣ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਗਲਾਸ ਦੇ ਵਿੱਚ ਬਰਫ। ਇਸ ਤੋਂ ਬਾਅਦ ਪਾਵਾਂਗੇ ਪਾਊਡਰ ਸ਼ੂਗਰ। ਅਤੇ ਹੁਣ ਆਪਾਂ ਪਾ ਦਾਂਗੇ ਜਿਹੜਾ ਕੈਂਡੀ ਦਾ ਪਾਊਡਰ ਸੀਗਾ। ਹੁਣ ਆਪਾਂ ਸਪਰਾਈਟ ਪਾਵਾਂਗੇ ਇਸ ਦੇ ਵਿੱਚ। ਤੁਸੀਂ ਸੋਡਾ ਵੀ ਪਾ ਸਕਦੇ ਹਾਂ, ਪਰ ਆਪਾਂ ਸਪਰਾਈਟ ਪਾ ਰਹੇ ਹਾਂ। ਅਤੇ ਹੁਣ ਇਹਨੂੰ ਕਰ ਦਾਂਗੇ ਮਿਕਸ। ਜਿਵੇਂ ਇਹ ਘੱਟ ਲੱਗ ਰਿਹਾ ਤੁਸੀਂ ਹੋਰ ਪਾਊਡਰ ਇਹਦੇ ਵਿੱਚ ਪਾ ਸਕਦੇ ਹਾਂ। ਅਤੇ ਹੁਣ ਆਪਾਂ ਦੂਜਾ ਡਰਿੰਕ ਵੀ ਤਿਆਰ ਕਰ ਲੈਂਦੇ ਹਾਂ। ਇਸੇ ਤਰ੍ਹਾਂ ਆਪਾਂ ਨੇ ਦੂਜੀ ਕੈਂਟੀ ਦੇ ਪਾਊਡਰ ਬਣਾ ਲਿਆ ਅਤੇ ਗਲਾਸ ਨੂੰ ਆਪਾਂ ਉਸੇ ਤਰ੍ਹਾਂ ਤਿਆਰ ਕਰ ਲਾਂਗੇ। ਇਹ ਦੇਖੋ ਇਸੇ ਤਰ੍ਹਾਂ ਆਪਾਂ ਨੇ ਇਹ ਗਲਾਸ ਤਿਆਰ ਕਰ ਲਿਆ। ਅਤੇ ਹੁਣ ਇਸਦੇ ਵਿੱਚ ਵੀ ਆਪਾਂ ਪਾ ਦਿੰਦੇ ਹਾਂ ਇਹ ਕੈਂਡੀ ਦਾ ਪਾਊਡਰ। ਅਤੇ ਪਾਊਡਰ ਸ਼ੂਗਰ ਅਤੇ ਥੋੜ੍ਹਾ ਜਿਹਾ ਸਪਰਾਈਟ ਪਾ ਦਿੰਦੇ ਹਾਂ। ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਂਦੇ ਹਾਂ। ਜੇਕਰ ਇਸ ਤਰ੍ਹਾਂ ਤੁਹਾਡੇ ਤੋਂ ਮਿਕਸ ਨਹੀਂ ਹੁੰਦਾ ਨਾ, ਤੁਸੀਂ ਉਹਦੇ ਵਿੱਚ ਜਾਰ ਦੇ ਵਿੱਚ ਪਾ ਕੇ ਵੀ ਇਹਨੂੰ ਮਿਕਸ ਕਰ ਸਕਦੇ ਹਾਂ। ਅਤੇ ਪਾ ਦਾਂਗੇ ਬਰਫ਼।